ਸਤਿ ਸ਼੍ਰੀ ਅਕਾਲ, ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਅਤੇ ਬਠਿੰਡਾ ਦੇ ਮਾਨਸਾ ਅੰਡਰ ਬ੍ਰਿਜ ਦੇ ਹੇਠਾਂ ਡਸਟਰ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ। ਦਰਅਸਲ ਬਠਿੰਡਾ ਦੇ ਮਾਨਸਾ ਅੰਡਰ ਬ੍ਰਿਜ ਦੇ ਹੇਠਾਂ ਇੱਥੇ ਇੱਕ ਗੱਡੀ ਖੜ੍ਹੀ ਹੋਈ ਸੀ, ਜਿਸ ਨੂੰ ਕਿ ਅੱਗ ਲੱਗ ਜਾਂਦੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਦੇ ਵਿੱਚ ਬਣੀ ਹੈ। ਦਰਅਸਲ ਪੰਜਾਬ ਦੇ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਜੇਕਰ ਬਠਿੰਡਾ ਦੀ ਗੱਲ ਕਰਦੇ ਹਾਂ ਤਾਂ ਬਠਿੰਡਾ ਦੇ ਵਿੱਚ ਤਾਪਮਾਨ 47 ਤੋਂ 48 ਡਿਗਰੀ ਤੱਕ ਦਰਜ ਕੀਤਾ ਜਾ ਰਿਹਾ, ਜਿਸ ਨਾਲ ਲੋਕ ਕਾਫੀ ਪਰੇਸ਼ਾਨ ਨੇ। ਤੇ ਮਾਨਸਾ ਤੋਂ ਬਠਿੰਡਾ ਵਾਪਸ ਆ ਰਿਹਾ ਇੱਕ ਡਾਕਟਰ, ਜਿਸ ਦਾ ਕਹਿਣਾ ਹੈ ਕਿ ਅਚਾਨਕ ਇੰਜਨ ਦੇ ਵਿੱਚੋਂ ਧੂੰਆਂ ਨਿਕਲਣ ਲੱਗ ਪੈਂਦਾ ਹੈ, ਜਿਸ ਤੋਂ ਬਾਅਦ ਕਿ ਜਦ ਉਸਨੇ ਵੇਖਿਆ ਤਾਂ ਅੱਗ ਪੂਰੀ ਤਰ੍ਹਾਂ ਦੇ ਨਾਲ ਫੈਲ ਚੁੱਕੀ ਸੀ। ਹਾਲਾਂਕਿ ਇੱਥੇ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ, ਪਰ ਗੱਡੀ ਤੁਸੀਂ ਵੇਖ ਸਕਦੇ ਹੋ ਕਿ ਇੰਜ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਦੀ ਚਪੇਟ ਦੇ ਵਿੱਚ ਆ ਗਈ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ। ਤੇ ਸੱਜਣੋ, ਬਠਿੰਡੇ ਦੀ ਘਟਨਾ ਹੈ, ਜਿਹੜਾ ਰੇਲਵੇ ਲਾਈਨ ਦੇ ਨੀਚੇ ਦੀ ਪੁਲ ਲੰਘਦਾ ਤੇ ਡਸਟਰ ਗੱਡੀ ਨੂੰ ਅੱਗ ਲੱਗ ਗਈ। ਦੇਖੋ ਤੁਸੀਂ, ਤੇ ਬੰਦੇ ਤਾਂ ਬਈ ਸੁਣਨ ਚ ਆਇਆ ਵੀ ਬਾਹਰ ਨਿਕਲ ਗਏ ਸੀਗੇ ਸਮਾਂ ਰਹਿੰਦੇ, ਤੇ ਬਹੁਤ ਬੁਰੇ ਤਰੀਕੇ ਨਾਲ ਗੱਡੀ ਮੱਚ ਰਹੀ ਹੈ। ਤੁਸੀਂ ਦੇਖੋ ਤੇ ਖਤਰੇ ਦਾ ਪੂਰਾ ਸਿਸਟਮ ਬਣਿਆ ਹੋਇਆ। ਇਧਰ ਮਗਰ ਗੱਠਾਂ ਵਾਲਾ ਟਰਾਲਾ ਖੜਾ ਤੇ ਮਗਰ ਹੋਰ ਗੱਡੀਆਂ ਖੜੀਆਂ ਮਿੱਤਰੋ। ਤੇ ਬਈ ਜਿੰਨੇ ਵੀ ਬੰਦੇ ਘਰੋਂ ਤੁਰਦੇ ਆ, ਸਾਰੇ ਬੰਦੇ ਤੇਲ ਪਾਣੀ ਹੋਰ ਸਾਰਾ ਸਿਸਟਮ ਯਾਰ ਚੈੱਕ ਕਰਕੇ ਤੁਰਿਆ ਕਰੋ। ਕਈ ਵਾਰੀ ਕੋਈ ਪਤਾ ਨੀ ਹੁੰਦਾ ਕੀ ਗੱਲਬਾਤ ਬਣ ਜੇ, ਤੇ ਬਹੁਤ ਚਾਵਾਂ ਸਧਰਾਂ ਨਾਲ ਬੰਦਾ ਮਿਹਨਤ ਦੀ ਕਮਾਈ ਨਾਲ ਗੱਡੀਆਂ ਲੈਂਦੇ ਆ ਬੰਦੇ ਕੋਈ ਵੀ ਵਹੀਕਲ, ਤੇ ਜਦੋਂ ਆਹ ਘਟਨਾ ਘਟ ਜਾਂਦੀ ਹੈ ਤਾਂ ਫਿਰ ਕੋਈ ਹਾਲ ਨੀ ਰਹਿੰਦਾ। ਆਹ ਦੇਖੋ ਵੀ ਜਮਾਂ ਸੜਕ ਦੇ, ਹਜੇ ਵੀ ਬੰਦਾ ਸਿਆਣਾ ਸੀ ਜਿਹਨੇ ਸਾਈਡ ਤੇ ਕਰ ਲਈ ਵਿਚਾਰੇ ਨੇ, ਤੇ ਢਾਲ ਚ ਗੱਡੀ ਖੜੀ ਹੈ, ਪਿੱਛੇ ਵੀ ਰੁੜ ਸਕਦੀ ਹੈ। ਬਠਿੰਡੇ ਦੀ ਘਟਨਾ ਬਹੁਤ ਮਾੜੀ ਗੱਲ ਹੈ ਬਈ।